पंज कक्कियां दी ओट हेठां शिद्दतां उठे गुरु गोबिंद सिंह जिथों दी ताड़ी मार के मिट्टी ने नक्शा तक्के आलो है दी नंगी तार दा बतियां देखे मैं पुट के अणखां दे चिल्ले चाड़ के जद भी है आना वक्त ने हर सीस लेके बाप दा काले से आह पेंडे सिंगो गट बज के फतेह बुलाइए वाहिगुरु जी का खालसा ते वाहिगुरु जी की फतेह। आस करदा कि तुसी जिथे भी हो दुनिया दे जिस कोने च भी हो वाहिगुरु दी मेहर तुहाडे ते हैगी है ते चढ़दी कला चों ते अज दा जिहड़ा इह वीडियो है इह मैं तुहाडे लई बड़ा स्पैशल इक शास्त्र लैके आया। आस करता तुहानू पसंद आऊगा ते बड़ा जिहड़ा खास शास्त्र है जिहड़ा मेरे हत्थ च है उह स्मिथ एंड वैसन कंपनी ने बनाया ते इस प्यारे जिहे डब्बे विच है ते इह डब्बा माफ करना इहदे ते डिग जे पए ने। ਇਹ ਮੇਰਾ ਮੁੰਡਾ ਹੈਗਾ ਛੋਟਾ 2.5 ਸਾਲ ਦਾ ਉਹ ਚੱਕ ਕੇ ਬੰਦੂਕੀ ਦੇ ਉੱਪਰ ਮਾਰੀ ਜਾਂਦਾ 24 ਘੰਟੇ ਉਹਦੇ ਕਰਕੇ ਪਏ ਨੇ ਡੱਬਾ ਬੜਾ ਪਿਆਰਾ ਇਹਦੇ ਵਿੱਚ ਇਹਨਾਂ ਨੇ ਭੇਜਿਆ ਅਤੇ ਅਸੀਂ ਖੋਲ੍ਹ ਕੇ ਦੇਖਦੇ ਹਾਂ ਇਹਦੇ ਵਿੱਚ ਕੀ ਪਿਆ। ਇਹ ਹੈ ਜੀ ਅੱਜ ਜੋ ਅਸੀਂ ਸ਼ਸਤਰ ਜਿਹਦੇ ਨਾਲ ਤੁਹਾਡਾ ਪਰਚੇ ਕਰਾਵਾਂਗੇ ਇਹਨੂੰ ਕਹਿੰਦੇ ਨੇ 44 ਮੈਗਨਮ ਦਾ ਡਰਟੀ ਹੈਰੀ ਮਾਡਲ। ਇਹ ਸਮਿਥ ਐਂਡ ਵੈਸਨ ਨੇ ਕੱਢਿਆ ਲਿਮਿਟਡ ਐਡੀਸ਼ਨ ਕੱਢੀ ਇਹਦੀ ਅਤੇ 44 ਮੈਗਨਮ ਦਾ ਕੈਲੀਬਰ ਹੈ ਅਤੇ ਇਹਨੂੰ ਡਰਟੀ ਹੈਰੀ ਮਾਡਲ ਕਿਹਾ ਜਾਂਦਾ ਡਰਟੀ ਹੈਰੀ ਐਡੀਸ਼ਨ। ਚਲੋ ਪਹਿਲਾਂ ਸੇਫਟੀ ਦੇ ਸਾਰ ਪਹਿਲਾਂ ਆਪਾਂ ਚੈੱਕ ਕਰ ਲਈਏ ਹੈ ਨਾ ਅਤੇ ਕਿੱਦਾਂ ਇਹਦਾ ਸੇਫਟੀ ਆ ਬੜਾ ਆਸਾਨ ਆ ਇਹਦਾ ਇਹ ਰਿਵੋਲਵਰ ਹੈ ਇਹਦਾ ਨੌਬ ਜਿਹਾ ਹੈਗਾ ਇਹਨੂੰ ਜੇ ਅੰਦਰ ਨੂੰ ਦੱਬਾਂਗੇ ਤਾਂ ਬਾਹਰ ਆ ਜਾਂਦਾ ਇਹਨੂੰ ਅੰਦਰ ਦੱਬਿਆ ਇਹਨੂੰ ਥੋੜ੍ਹਾ ਜਿਹਾ ਧੱਕਿਆ ਲੱਗਦਾ ਮੇਰੇ ਮੁੰਡੇ ਨੇ ਵੀ ਖਰਾਬ ਕਰਤਾ ਅਤੇ ਇਹ ਬਾਹਰ ਆ ਗਿਆ ਚੈੱਕ ਕਰ ਲਿਆ ਖਾਲੀ ਹੈ ਠੀਕ ਹੈ ਜੀ। ਅਤੇ ਇਹ ਜੋ ਤੁਸੀਂ ਰਿਵੋਲਵਰ ਦੇਖ ਰਹੇ ਹੋ ਦੁਬਾਰਾ ਬੰਦ ਕਰ ਲੈਂਦੇ ਹਾਂ ਤੁਹਾਨੂੰ ਦਿਖਾਉਣ ਵਾਸਤੇ ਇਹ ਹੈਗਾ ਸਮਿਥ ਐਂਡ ਵੈਸਨ ਦਾ ਡਰਟੀ ਹੈਰੀ ਮਾਡਲ 44 ਮੈਗਨਮ। ਕਿਸੇ ਜ਼ਮਾਨੇ ਵਿੱਚ ਦੁਨੀਆ ਦੀ ਸਭ ਤੋਂ ਪਾਵਰਫੁੱਲ ਹੈਂਡਗਨ ਹੁੰਦੀ ਸੀ ਅੱਜ ਕੱਲ੍ਹ ਇੱਕ ਨਵਾਂ ਕੈਲੀਬਰ ਆ ਗਿਆ ਜੋ ਇਹਦੇ ਨਾਲੋਂ ਵੀ ਜ਼ਿਆਦਾ ਕਹਿ ਲਓ ਸ਼ਕਤੀਸ਼ਾਲੀ ਕਹਿ ਲਓ ਪਾਵਰਫੁੱਲ ਕਹਿ ਲਓ ਲੇਕਿਨ ਪਹਿਲਾਂ ਇਹ ਦੂਜੇ ਨੰਬਰ 'ਤੇ ਆ ਗਈ ਹੁਣ ਕੈਲੀਬਰ ਪਰ ਇਹਨੂੰ ਦੁਨੀਆ ਦੀ ਸਭ ਤੋਂ ਜ਼ਿਆਦਾ ਤਗੜੀ ਹੈਂਡਗਨ ਮੰਨਿਆ ਜਾਂਦਾ ਸੀ ਐਲੀਫੈਂਟ ਕਿਲਰ ਵੀ ਕਿਹਾ ਜਾਂਦਾ ਇਸ ਰਾਊਂਡ ਨੂੰ ਅਤੇ ਇਹ ਜਿਹੜਾ ਡਰਟੀ ਹੈਰੀ ਮਾਡਲ ਬੜੀ ਹੀ ਸੁੰਦਰ ਰਿਵਾਲਵਰ ਹੈ ਜੇ ਮੈਂ ਤੁਹਾਨੂੰ ਥੋੜ੍ਹਾ ਨੇੜੇ ਦੀ ਦਿਖਾਵਾਂ ਤੁਸੀਂ ਦੇਖੋਗੇ ਕਿ ਇਹਦੇ ਉੱਪਰ ਬਹੁਤ ਸੋਹਣਾ ਕੰਮ ਕੀਤਾ ਹੋਇਆ ਇਹਨਾਂ ਨੇ ਇਹਦਾ ਲੱਕੜ ਦਾ ਇਹਨਾਂ ਨੇ ਗ੍ਰਿਪ ਬਣਾਈ ਹੈ ਅਤੇ ਫਿਰ ਜਿੰਨੀ ਵੀ ਸਟੀਲ ਹੈ ਇਹ ਬਲੈਕ ਕੀਤੀ ਹੋਈ ਹੈ ਅਤੇ ਉਹਦੇ ਉੱਪਰ ਇਹਨਾਂ ਨੇ ਮਸ਼ੀਨਿੰਗ ਨਾਲ ਬਹੁਤ ਸੋਹਣੀਆਂ ਕਲਾਕ੍ਰਿਤੀਆਂ ਜੀ ਸਜਾਈਆਂ ਹੋਈਆਂ ਨੇ ਉੱਪਰ ਇਹਦੇ ਜੇ ਤੁਸੀਂ ਸਾਈਡ 'ਤੇ ਆਈ ਜਾਓ ਟ੍ਰਿਗਰ ਸਟੀਲ ਦਾ ਆ ਅਤੇ ਫਿਰ ਇਹਦਾ ਬੈਰਲ ਆ ਜਾਂਦਾ ਆ ਠੀਕ ਹੈ ਬੈਰਲ ਦੇ ਅੱਗੇ ਇੱਕ ਬਹੁਤ ਸੋਹਣੀ ਇਹਨਾਂ ਨੇ ਸਾਈਟ ਲਾਈ ਹੈ ਰਿਵੋਲਵਰ ਵਿੱਚ ਘੱਟ ਦੇਖਣ ਨੂੰ ਮਿਲਦੀਆਂ ਚੰਗੀਆਂ ਸਾਈਟਾਂ ਪਰ ਇਹਨਾਂ ਨੇ ਸਾਈਟ ਬਹੁਤ ਵਧੀਆ ਲਾਈ ਹੈ ਅਤੇ ਇਹਦੇ ਉੱਪਰ ਇੱਕ ਰੈੱਡ ਰੰਗ ਦਾ ਫਲੋਰੋਸੈਂਟ ਜਾਂ ਕਹਿ ਲਓ ਇੱਕ ਰੇਡੀਅਮ ਦਾ ਸਟਿੱਕਰ ਲਾਇਆ ਜਿਹਦੇ ਕਰਕੇ ਇਹਨੂੰ ਏਮ ਕਰਨਾ ਆਸਾਨ ਹੋ ਜਾਂਦਾ। ਆਹ ਪਿੱਛੇ ਇਹਦੀ ਬੈਕ ਸਾਈਟ ਹੈ ਜੇ ਤੁਸੀਂ ਧਿਆਨ ਨਾਲ ਦੇਖੋ ਆਹ ਬੈਕ ਸਾਈਟ ਹੈ ਅਤੇ ਆਹ ਇਹਦੀ ਫਰੰਟ ਸਾਈਟ ਅਤੇ ਬੈਕ ਸਾਈਡ 'ਚ ਫਰੰਟ ਸਾਈਡ ਆਪਾਂ ਲਾਈਨ ਕਰ ਲੈਂਦੇ ਹਾਂ ਅਤੇ ਇਹ ਇਹਦਾ ਰਿਲੀਜ਼ ਮੈਕਨਿਜ਼ਮ ਹੈ ਜੋ ਮੈਂ ਤੁਹਾਨੂੰ ਦਿਖਾਇਆ ਸੀ ਇਹਨੂੰ ਥੋੜ੍ਹਾ ਅੱਗੇ ਨੂੰ ਪੁਸ਼ ਕਰੋ ਬੜਾ ਆਸਾਨ ਹੈ ਰਿਵੋਲਵਰ ਇੱਕ ਬਹੁਤ ਹੀ ਸਧਾਰਨ ਜਿਹੀ ਮਸ਼ੀਨਰੀ ਹੈ ਇਹਨੂੰ ਥੋੜ੍ਹਾ ਜਿਹਾ ਅੱਗੇ ਕਰੋ ਅਤੇ ਇਹ ਆਪਣੇ ਆਪ ਬਾਹਰ ਨੂੰ ਆ ਜਾਂਦਾ ਆ ਆਹ ਦੇਖੋ ਆਹ ਇਹਨੂੰ ਬਾਹਰ ਨੂੰ ਧੱਕਿਆ ਜਾ ਸਕਦਾ ਅਤੇ ਇਹਦੇ ਅੰਦਰ ਆ ਚੈਂਬਰ ਹੁੰਦਾ ਆਹ ਜਿਹੜਾ ਤੁਸੀਂ ਦੇਖਿਆ ਹੋਣਾ ਫਿਲਮਾਂ 'ਚ ਹੈ ਨਾ ਅਤੇ ਆਹ ਜਿਹੜੇ ਅੱਗੇ ਸਟਿੱਕ ਜੀ ਲੱਗੀ ਹੁੰਦੀ ਹੈ ਇਹਦੇ ਅੰਦਰ ਹੀ ਚਲੇ ਜਾਂਦੀ ਹੈ ਇਹਦੇ ਅੰਦਰ ਫਸ ਜਾਂਦੀ ਜਾ ਕੇ ਪਰ ਇਹਦੇ ਤੁਸੀਂ ਦੇਖੋ ਜੇ ਮੈਂ ਤੁਹਾਨੂੰ ਦਿਖਾਉਂਦਾ ਇਹਨੂੰ ਇਹਦੇ ਵਿੱਚ ਰਾਊਂਡ ਭਰੇ ਜਾਂਦੇ ਨੇ ਠੀਕ ਹੈ ਜੀ ਤੁਸੀਂ ਕਾਊਂਟ ਕਰ ਲਓ 1, 2, 3, 4, 5, 6 ਗੋਲੀਆਂ ਪੈਂਦੀਆਂ ਨੇ ਇਹਦੇ ਵਿੱਚ ਕਈਆਂ 'ਚ ਜ਼ਿਆਦਾ ਵੀ ਪੈਂਦੀਆਂ ਕਈਆਂ 'ਚ ਘੱਟ ਹੀ ਪੈਂਦੀਆਂ ਅਤੇ 6 ਗੋਲੀਆਂ ਵਾਲਾ ਅਤੇ ਇਹਦੇ ਵਿੱਚ ਇਹ
ये जाके फिट हो जाता। यह पलंजर इन पलंजर भी कहते काम है जिन्होंने तुम नपोगे ना तो देखो बहर आता तो जत्था की गोलियां चल जाने तो उन्होंने शैलों तुम क्ढना तो यह पलंजर में दबो वो बाहर आके सारे शैल बहर गिर जाते हैं छे के छे तो बड़ा आसान हो जाता वह करके तो यही काम है स्पिनिंग लोडेड होंगे है। तो देखो ये बर्तन मेरे ख्याल सब तो साधारण मशीनरी है जो तुम घर च पेन वरतते हो उन्ना की ये कह लो भी ये कंपलैक्सिटी कह लो तो अंदरों भी मैं थोड़ा दिखाना ये तुम जो विच वाला देख रहे हो एन विच आह उपर आ गोला जहा बनाया ये फायरिंग पिन है ना अभी चला के दे तुम देखो वो फायरिंग पिन है तो वह पिछे चले जाता तो अगे जब मैं पिछे की चलाऊँगा ट्रिगर आके वजूगा तो फायरिंग पिन इतने तो बजता अके बंदूक तो आ लाइन हो गया आ जरा सिलेंडर है ये गन के बैरल अलाइन हो जाता जो बंदूक होंगी है देखो आप इनू लोड करते हैं आ पिछे किया लोड हो गई गन हूँ जोड़ा यदा सारा ट्रिगर मैकेनिज़म है आ हत्था जो यदा ग्रिप है ये ही सारा ट्रिगर मैकेनिज़म हों हूँ आ ट्रिगर लोडेड इन हल्का जहाँ दबावे तो रिलीज़ हो जाएगा अगे जाके वजेगा अगे थानू हल्की जी रॉड नज़र आती होगी उस रॉड से वजूगा वो पिन है फायरिंग पिन अगे जाके ये प्राइमर से गोली तो वजूगा तो देखो सू चला के दिखाने ठीक है ड्राई फायर की सू पता से गोली खाली सी फिर भी आप सेफ्टी देख के फायर की ते ए बहुत प्यारी बंदूक है इदा इदा जिन्ना भी फायदा आ तुसी देखोगे 44 मैगनम है इदा एक बड़ा प्यारा क्लिप है इदा डर्टी हैरी मॉडल क्यों कहा जाता है ना तो इन डर्टी हैरी मॉडल इदी कहानी है तुसी क्लिंट ईस्टवुड का नाम सुनिया होना उदी एक फिल्म आई सी डर्टी हैरी उस विच उस फिल्म ने इस रिवॉल्वर नू 44 मैगनम नू बड़ा ही प्रसिद्ध किया तो वो जी फिल्म है देखो आ बड़ा ही प्रसिद्ध कह लो भी एक सीन है तो यू देखो I know what you're thinking, Punk. You're thinking, did he fire 6 shots or only 5? Now, to tell you the truth, I forgot myself in all this excitement. But being this is a 44 Magnum, the most powerful handgun in the world, and will blow your head clean off. You could ask yourself a question. Do I feel lucky? Well, do you, punk? हाँ जी देख लिया सीन तो इस सीन की मैं गल करता सी इस करके इस रिवॉल्वर नू डर्टी हैरी कहा जाता क्योंकि उसने क्लिंट ईस्टवुड ने क्लिंट ईस्टवुड की फिल्म के ना तो यदा ना डर्टी हैरी पिया तो हाँ जी यदा हूँ यदा गल करते कैलीबर की है ना यदि वरतों कितने की जाती है तो देखा होना मेरे को होर अलग अलग हैंडगन ने सैमी ऑटोमैटिक पर यह रिवॉल्वर की एक अलग थान है यदि एक अलग थान पर वरतों की जाती है देखो भारी काफ़ी खासी है ना तो इनू ज़्यादातर इन्ना हर दिन अपने नाल कैरी करना औखा हो जाता तो मैं हर दिन तो इन कैरी नहीं करता जी मेरा डेली कैरी है वह 9mm का राउंड है तो ग्लॉक 90 तो लेकिन इस रिवॉल्वर की एक खास थान है इनू मैं खास जगह पर लैके जाता जब मैं जाता कैंपिंग से जो असी कैंपिंग जाइए किसी जंगल च जिथे असी तंबू च रह रहे हैं रात को रह रहे हैं उत्थे जंगली जानवर ने आले दुआले असी ट्रैकिंग पर भी जाना या हाइकिंग पर भी जाना
ਤੇ ਕਿਸੇ ਟ੍ਰੇਲ ਤੇ ਤੇ ਉਸ ਵੇਲੇ ਇਹ ਰਿਵਾਲਵਰ ਨੂੰ ਕੈਰੀ ਕਰਨਾ ਬਣਦਾ ਕਿਉਂਕਿ ਇਹਦਾ ਰਾਊਂਡ ਵੱਡਾ ਇਹਦੇ 44 ਮੈਗਨਮ ਦਾ ਰਾਊਂਡ ਹੈ ਇਹ ਭਾਲੂ ਤੱਕ ਨੂੰ ਰੋਕ ਸਕਦਾ ਜੇ ਉਸ ਵੇਲੇ ਤੁਸੀਂ ਛੋਟਾ ਰਾਊਂਡ ਕੈਰੀ ਕਰੋਗੇ 9 ਮਿਲੀਮੀਟਰ ਜਾਂ ਈਵਨ ਜਿਹੜੇ ਹੋਰ ਥੋੜ੍ਹੇ ਵੱਡੇ ਰਾਊਂਡ ਆਉਂਦੇ ਨੇ ਉਹ ਇੱਕ ਵੱਡੇ ਜਾਨਵਰ 'ਤੇ ਇੰਨੇ ਕਾਮਯਾਬ ਨਹੀਂ ਹੁੰਦੇ ਅਤੇ ਜਾਂ ਤੁਸੀਂ ਜੰਗਲ 'ਚ ਜਾਣਾ ਤੁਹਾਨੂੰ ਖਤਰਾ ਤਾਂ ਵੱਡੇ ਜਾਨਵਰ ਤੋਂ ਹੋਣਾ ਛੋਟੀ ਮੋਟੀ ਲੋਮੜੀਆਂ ਤੋਂ ਤਾਂ ਤੁਹਾਨੂੰ ਕੀ ਖਤਰਾ ਹੋਣਾ ਖਤਰਾ ਤੁਹਾਨੂੰ ਹੋਣਾ ਭਾਲੂ ਤੋਂ ਵੱਡੇ ਕੋਈ ਸਾਂਡ ਵੀ ਹੁੰਦੇ ਨੇ ਉੱਥੇ ਤੇਂਦੂਆ ਵੀ ਹੁੰਦਾ ਆ ਕਈ ਵਾਰ ਵੱਡੀਆਂ ਭੇੜਾਂ ਵੀ ਨੇ ਉਹ ਵੀ ਖਾਸੀ ਖਤਰਨਾਕ ਹੋ ਜਾਂਦੀਆਂ ਨੇ ਅਤੇ ਉਹਨਾਂ ਤੋਂ ਖਤਰਾ ਤਾਂ ਜੇ ਤੁਹਾਡਾ ਪਰਿਵਾਰ ਤੁਹਾਡੇ ਨਾਲ ਹੈ ਅਤੇ ਤੁਸੀਂ ਉਹਨਾਂ ਦੀ ਸੁਰੱਖਿਆ ਲਈ ਇੱਕ ਇਹੋ ਜਿਹਾ ਸ਼ਸਤਰ ਨਾਲ ਰੱਖਣਾ ਜ਼ਰੂਰੀ ਹੈ ਅੱਜ ਕੱਲ੍ਹ ਲੋਕ 10 ਮਿਲੀਮੀਟਰ ਵਾਲਾ ਵੀ ਇੱਕ ਹੈਂਡਗਨ ਕੈਰੀ ਕਰ ਲੈਂਦੇ ਨੇ ਪਰ ਇਹ ਜਿਹੜਾ ਇਹਦਾ ਰਾਊਂਡ ਹੈ 10 ਮਿਲੀਮੀਟਰ ਨਾਲੋਂ ਬਹੁਤ ਜ਼ਿਆਦਾ ਪਾਵਰਫੁੱਲ ਹੈ ਅਤੇ ਮੈਂ ਤੁਹਾਨੂੰ ਇਹਦੇ ਕੈਲੀਬਰ ਦਿਖਾਉਂਦਾ ਤੁਹਾਨੂੰ ਪਤਾ ਲੱਗੂਗਾ ਇਹ ਮੈਂ ਗੱਲ ਕਿਉਂ ਕਹਿ ਰਿਹਾ ਹੈ ਨਾ ਆਓ ਇਹਨਾਂ ਦੇ ਰਾਊਂਡ ਦੀ ਤੁਹਾਨੂੰ ਦਰਸ਼ਨ ਕਰਾਉਂਦਾ ਅਤੇ ਆਹ ਲਓ ਜੀ ਅਤੇ ਹੁਣ ਮੈਂ ਤੁਹਾਨੂੰ ਦਿਖਾਉਂਦਾ ਵੀ ਇਹਦਾ ਰਾਊਂਡ ਦਾ ਫਰਕ ਕੀ ਹੈ ਆਹ ਦੇਖਦਾ ਜੀ ਤੁਹਾਨੂੰ ਹਾਂਜੀ ਅਤੇ ਤੁਹਾਨੂੰ ਆਪਣੇ ਆਪ ਸਮਝ ਆ ਗਿਆ ਹੋਣਾ ਕਿ 44 ਮੈਗਨਮ ਦਾ ਕਿਹੜਾ ਰਾਊਂਡ ਹੈ ਇਹ 44 ਮੈਗਨਮ ਦਾ ਰਾਊਂਡ ਹੈ ਜੀ ਅਤੇ ਮੈਂ ਬਾਕੀ ਕੁਛ ਹੋਰ ਹੈਂਡਗਨਾਂ ਦੇ ਰਾਊਂਡ ਨਾਲ ਰੱਖੇ ਨੇ ਕਿ ਤੁਹਾਨੂੰ ਪਤਾ ਲੱਗੇ ਕਿ ਵੀ ਕਿੰਨਾ ਕੁ ਵੱਡਾ ਰਾਊਂਡ ਹੈ ਇਹ ਬਾਕੀ ਹੈਂਡਗਨਾਂ ਦੇ ਰਾਊਂਡ ਦੇ ਮੁਕਾਬਲੇ ਤੁਸੀਂ ਆਹ ਜਿਹੜਾ ਸਭ ਤੋਂ ਖੱਬੇ ਪਾਸੇ ਆ ਆਹ ਪਿਆ ਹੈਗਾ ਹੈ 22 ਲੌਂਗ ਰਾਈਫਲ 22 LR ਵੀ ਕਿਹਾ ਜਾਂਦਾ ਹੈਂਡਗਨ 'ਚ ਵੀ ਚੱਲਦਾ ਰਾਈਫਲ 'ਚ ਵੀ ਚੱਲਦਾ ਹੈ ਰਾਊਂਡ ਇਹ ਅਤੇ ਬਹੁਤ ਅੱਛਾ ਰਾਊਂਡ ਹੈ ਗਲੈਰੀਆਂ ਨੂੰ ਮਾਰਨ ਵਾਸਤੇ ਛੋਟੇ ਮੋਟੇ ਖਰੋਸ਼ ਨੂੰ ਵੀ ਮਾਰਿਆ ਜਾ ਸਕਦਾ ਅਤੇ ਪਰ ਇਹ ਇੰਨੀ ਸਟੋਪਿੰਗ ਪਾਵਰ ਨਹੀਂ ਹੈਗੀ ਅਤੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿਉਂ ਨਹੀਂ ਹੈਗੀ ਦੇਖੋ ਕਿੰਨਾ ਛੋਟਾ ਰਾਊਂਡ ਹੈ ਬਾਕੀਆਂ ਦੇ ਮੁਕਾਬਲੇ ਉਸ ਤੋਂ ਅੱਗੇ ਮੈਂ ਰੱਖਿਆ ਵੈਸੇ ਇਸ ਹੈਂਡਗਨਾਂ ਦੇ ਬਹੁਤ ਕੈਲੀਬਰ ਆਉਂਦੇ ਨੇ ਇਕੱਲੇ ਇਹੀ ਨਹੀਂ ਹੈਗੇ ਮੈਂ ਇੱਥੇ 4 ਰੱਖੇ ਨੇ ਜਿਹੜੇ ਬਹੁਤ ਜ਼ਿਆਦਾ ਵਰਤੋਂ ਹੁੰਦੀ ਜਿਹਨਾਂ ਦੀ ਹੈ ਨਾ ਅਤੇ ਉਹਨਾਂ ਨੂੰ ਹੀ ਤੁਹਾਨੂੰ ਮੈਂ ਦਿਖਾਇਆ ਐਂ ਤਾਂ ਹੈਂਡਗਨ ਦੇ ਮੇਰੇ ਖਿਆਲ ਨਾਲ ਘੱਟ ਤੋਂ ਘੱਟ 40-50 ਕੈਲੀਬਰ ਹੋਣਗੇ ਅਤੇ ਅਗਲਾ ਜਿਹੜਾ ਰਾਊਂਡ ਹੈਗਾ ਉਹਨੂੰ ਕਿਹਾ ਜਾਂਦਾ 380 ਆਟੋ ਠੀਕ ਹੈ ਜੀ ਇਹ ਰਾਊਂਡ ਜਿਹੜਾ ਹੈਗਾ ਇਹ ਇਹਨੂੰ ਜ਼ਿਆਦਾਤਰ ਕੁੜੀਆਂ ਲੇਡੀਜ਼ ਬੀਬੀਆਂ ਆਪਣੀ ਸੁਰੱਖਿਆ ਲਈ ਜੇ ਕੋਈ ਹੈਂਡਗਨ ਰੱਖਣੀ ਹੈ ਤਾਂ ਉਹਨਾਂ ਲਈ 9 ਮਿਲੀਮੀਟਰ ਵਰਗਾ ਰਾਊਂਡ ਭਾਰੀ ਹੋ ਜਾਂਦਾ ਉਹਦਾ ਰੀਕੋਇਲ ਜ਼ਿਆਦਾ ਹੁੰਦਾ ਤਾਂ ਇਹ ਉਹਦੇ ਥੋੜ੍ਹਾ ਜਿਹਾ ਕੰਪਰੋਮਾਈਜ਼ ਆ ਇਹ 9 ਮਿਲੀਮੀਟਰ ਦੇ ਰਾਊਂਡ ਤੋਂ ਥੋੜ੍ਹਾ ਜਿਹਾ ਛੋਟਾ ਰਾਊਂਡ ਹੈ ਉਹਦੇ ਸੱਜੇ ਪਾਸੇ ਆ ਜਿਹੜਾ ਰਾਊਂਡ ਪਿਆ ਇਹ 9 ਮਿਲੀਮੀਟਰ ਹੈ ਅਤੇ ਇਹ 380 ਆਟੋ ਹੈ ਤੁਸੀਂ ਦੇਖੋਗੇ ਇਹ ਜਿਹੜਾ 380 ਆਟੋ ਹੈ ਇਹ ਜੇ ਬੁਲਟ ਨੂੰ ਵੀ ਦੇਖੋਗੇ ਬੁਲਟ ਵੀ ਥੋੜ੍ਹਾ ਛੋਟਾ ਉਹਦਾ ਕੇਸਿੰਗ ਵੀ ਥੋੜ੍ਹੀ ਛੋਟੀ ਹੈ ਤਾਂ ਇਹਦਾ ਜਿਹੜਾ ਰੀਕੋਇਲ ਹੈ ਘੱਟ ਪੈਂਦਾ ਅਤੇ ਆਪਣੀ ਹੈਂਡਗਨ ਵਿੱਚ ਸੈਲਫ ਡਿਫੈਂਸ ਵਾਸਤੇ ਬੀਬੀਆਂ ਲਈ ਬਹੁਤ ਹੀ ਸੋਹਣਾ ਰਾਊਂਡ ਹੈ ਅਤੇ ਇਹ ਰਾਊਂਡ ਦੀ ਗੱਲ ਮੈਂ ਕੈਰੀ ਵੀ ਕਰਦਾ ਕਈ ਵਾਰ ਜੇ ਜੋਗਿੰਗ ਲਈ ਜਾਣਾ ਤਾਂ ਛੋਟੀ ਬੰਦੂਕ ਚਾਹੀਦੀ ਹੈ ਤੁਹਾਡੀ ਨਿੱਕਰ 'ਚ ਵੀ ਆ ਜਾਵੇ ਉਸ ਵੇਲੇ ਮੈਂ 380 ਆਟੋ ਨੂੰ ਕੈਰੀ ਕਰ ਲੈਂਦਾ ਅਤੇ ਜਿਹੜੀ ਮੇਰੀ ਵਾਈਫ ਹੈ ਉਹਦੇ ਬੀਬੀ ਲਈ ਉਹਦੇ ਲਈ ਵੀ ਇਹੀ ਕੈਰੀ ਕਰਨ ਲਈ ਰੱਖਿਆ ਹੋਇਆ ਅਤੇ ਲਓ ਜੀ ਹੱਥ ਮੇਰਾ ਸਟੇਬਲ ਨਹੀਂ ਰਿਹਾ ਹਾਂਜੀ ਉਹ ਤੋਂ ਬਾਅਦ ਆ ਜਾਂਦਾ ਜੀ 9 ਮਿਲੀਮੀਟਰ ਆਹ ਇਹ ਆ ਗਈ ਜੀ ਆਪਣਾ 9 ਮਿਲੀਮੀਟਰ ਰਾਊਂਡ ਇਹ ਹੁਣ ਤੁਸੀਂ ਕਹਿ ਲਓ ਵੀ ਗੱਡੀਆਂ ਦੀ ਮਰੂਤੀ ਇਹ ਹੈਂਡਗਨ ਕੈਲੀਬਰ ਦੀ ਮਰੂਤੀ ਕਾਰ ਠੀਕ ਹੈ ਜੀ ਸਭ ਤੋਂ ਜ਼ਿਆਦਾ ਵਿਕਣ ਵਾਲਾ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਜਾਣ ਵਾਲਾ ਰਾਊਂਡ 9 ਮਿਲੀਮੀਟਰ ਦਾ ਕਿਉਂਕਿ ਇਹ ਇੱਕ ਸਟੋਪਿੰਗ ਪਾਵਰ ਅਤੇ ਕਹਿ ਲਓ ਵਜ਼ਨ ਦਾ ਇੱਕ ਬਹੁਤ ਹੀ ਰੀਕੋਇਲ ਦਾ ਸਟੋਪਿੰਗ ਪਾਵਰ ਦਾ ਰੀਕੋਇਲ ਦਾ ਬਹੁਤ ਹੀ ਸੋਹਣਾ ਬੈਲੈਂਸ ਹੈ ਅਤੇ ਜਿੰਨੇ ਵੀ ਪੁਲਿਸ ਵਾਲੇ ਪੁਲਿਸ ਦੇ ਮਹਿਕਮੇ 'ਚ ਤੁਸੀਂ ਰਿਵਾਲਵਰ ਕੈਰੀ ਕਰਦੇ ਹੋ ਬਾਹਰ ਪੁਲਿਸ ਵਾਲੇ ਦੇਖਦੇ ਹੋ FBI ਵਾਲੇ ਦੇਖਦੇ ਹੋ ਫਿਲਮਾਂ 'ਚ ਜ਼ਿਆਦਾ ਤੋਂ ਜ਼ਿਆਦਾਤਰ ਸਾਰੇ ਦੁਨੀਆ ਭਰ ਵਿੱਚ 9 ਮਿਲੀਮੀਟਰ ਦਾ ਰਾਊਂਡ ਹੀ ਕੈਰੀ ਕੀਤਾ ਜਾਂਦਾ ਠੀਕ ਹੈ ਜੀ ਇਹਦੀ ਪੈਨੀਟ੍ਰੇਸ਼ਨ ਪਾਵਰ ਵੀ ਠੀਕ ਹੈ ਪਰ ਬਹੁਤ ਜ਼ਿਆਦਾ ਨਹੀਂ ਹੈਗੀ ਇਹਦਾ ਰਾਊਂਡ ਵੀ ਰੀਕੋਇਲ ਵੀ ਠੀਕ ਹੈ ਪਰ ਬਹੁਤ ਜ਼ਿਆਦਾ ਨਹੀਂ ਹੈਗਾ ਅਤੇ ਬਹੁਤ ਘੱਟ ਵੀ ਨਹੀਂ ਹੈਗਾ ਤਾਂ ਸਟੋਪਿੰਗ ਪਾਵਰ ਵੀ ਹੈਗੀ ਹੈ ਅਤੇ ਜਿਹੜਾ ਤੁਸੀਂ ਰਾਊਂਡ ਦੇਖ ਰਹੇ ਹੋ ਤਾਂ ਇਹਦੀ ਖਾਸ ਇੱਕ ਚੀਜ਼ ਨੂੰ ਨੋਟ ਕਰੋ ਫੁੱਲ ਮੈਟਲ ਜੈਕਟ ਹੈ ਦੇਖਿਆ ਇਹਦੀ ਸਾਰੇ ਆਲੇ ਦੁਆਲੇ ਜਿਹੜੀ ਇੱਕ ਪਿੱਤਲ ਦੀ ਕਵਰ ਜਿਹਾ ਚੜਿਆ ਹੋਇਆ ਰਾਊਂਡ ਉੱਤੇ ਇਹਨੂੰ ਫੁੱਲ ਮੈਟਲ ਜੈਕਟ ਕਿਹਾ ਜਾਂਦਾ ਇੱਕ ਸੈਲਫ ਡਿਫੈਂਸ ਰਾਊਂਡ ਥੋੜ੍ਹੇ ਵੱਖਰੇ ਹੁੰਦੇ ਨੇ ਵਿੱਚੋਂ ਥੋੜ੍ਹੇ ਹੌਲੋ ਰਾਊਂਡ ਹੁੰਦੇ ਨੇ ਉਹ ਮੈਂ ਤੁਹਾਨੂੰ ਦਿਖਾਵਾਂਗਾ ਅਲੱਗ ਉਹ ਅਲੱਗ ਆਪਾਂ ਕਿਸੇ ਵੀਡੀਓ 'ਚ ਗੱਲ ਕਰਾਂਗੇ ਹਾਂਜੀ ਅਖੀਰ 'ਚ ਆ ਜਾਂਦਾ ਤੁਹਾਡਾ 44 ਮੈਗਨਮ ਅਤੇ ਹੁਣ ਤੁਸੀਂ ਆਪਣੇ ਆਪ ਦੇਖ ਲਓ ਜੀ ਇਹ ਕਿੱਡਾ ਵੱਡਾ ਰਾਊਂਡ ਹੈ ਕਿੰਨਾ ਵੱਡਾ ਇਹਦੇ 'ਚ ਗਨ ਪਾਊਡਰ ਹੈ ਅਤੇ ਇਹਦੇ ਅੱਗੇ ਤਾਂ ਹੁਣ ਫਿਰ ਹਾਥੀ ਤਾਂ ਜੇ ਆਪਾਂ ਰਾਈਫਲ ਤੋਂ ਫਾਇਰ ਕਰਾਂਗੇ ਤਾਂ ਸ਼ਾਇਦ ਹਾਥੀ ਨੂੰ ਵੀ ਇਹਦੇ ਨਾਲ ਟੈਕਲ ਕੀਤਾ ਜਾ ਸਕੇ ਲੇਕਿਨ ਹੈਂਡਗਨ ਨਾਲ ਨਹੀਂ ਹੈਂਡਗਨ ਨਾਲ ਜੇ ਤੁਸੀਂ ਭਾਲੂ ਆ ਜਾਵੇ ਭਾਲੂ ਤੱਕ ਆ ਜਾਵੇ ਜੇ ਤੁਸੀਂ ਸਹੀ ਤਰੀਕੇ ਨਾਲ ਉਹਨੂੰ ਚਲਾਉਣਾ ਜਾਣਦੇ ਹੋ ਤਾਂ ਆਪਣਾ ਬਚਾਅ ਕਰ ਸਕਦੇ ਹੋ ਅਤੇ ਪਰ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਮੈਂ ਹਰ ਵੀਡੀਓ 'ਚ ਕਹਿੰਦਾ ਇਹ ਜਿੰਨੇ ਰਾਊਂਡ ਨੇ ਜਾਂ ਜਿੰਨੇ ਸ਼ਸਤਰ ਨੇ ਇਹਨਾਂ ਦਾ ਫਾਇਦਾ ਤਦੇ ਹੈ ਜੇ ਤੁਸੀਂ ਇਹਨਾਂ ਨਾਲ ਅਭਿਆਸ ਕਰ ਰਹੇ ਹੋ
है ना, ये बड़े आसानी ना मिल जाते ने, घर भी अपने लोड कर सकते हो, बंदूकों की कोई कमी नहीं है आजाद मुल्कों में अमरीका वर्गे। हाँ कुछ होर जो तुम कंट्री बैठे जिते थोड़ी सरकारों की गुलामी है तुम्हें नहीं अलाउड, वह गल वक्री है, पर अमरीका वर्गे आजाद मुल्क ये बहुत आसानी ना मिलती ने। तो मैं तो जरूर कहाँगा जे थानू कैंपिंग का शौक है, आउटडोर का शौक है, तो ये मॉडल तुम जरूर लो। एक तो यह कंपनी बहुत वधिया स्मिथ एंड वैसन, तो इन्हों के प्राइस बड़े वधिया होंगे ने, तो कह दो भी होर बड़ी कंपनियां बनाती ने 44 मैगनम, पर यह जो रिवॉल्वर है बैलेंस बड़ा प्यारा, बहुत ज़्यादा भारी भी नहीं, बहुत ज़्यादा हल्का भी नहीं, तो जब आप कैंपिंग करते हैं तो आप होस्टल च कैरी करना इनू आसान हो जाता, तो यह रिकॉइल भी ठीक है, यदि बैरल लेंथ भी बैलेंसड है, तो अपने परिवार को तुसी सुरक्षित रख सकते हो। तो 44 मैगनम का तुम राउंड दिखाना एक बार होर थोड़ा नेड़े दी, यह देखो प्राइमर भी बहुत व्डा, तो ये थानू ईजीली पता लगेगा भी कितना फर्क है देखो बाकी राउंडों के नाल, है ना। तो हुण मैं थानू इनू रेंज से लैके जाना, रेंज से जाके चला के देखते हैं कि ये तो 9 mm कि फर्क है ना, रेंज से जाके असं एक दो अलग अलग टारगेट पर शूट करा, तो रेंज तो की है घर के पिछे ही है, तो उत्थे जाके शूट करके देखते हैं भी कि फर्क है, तो फिर आस कर थोड़ा होर पता लगेगा। सिंह वाहेगुरू जी का खालसा तो वाहेगुरू जी की फतेह। तो अज असी अपने घर के सामने जोड़े खेत ने उत्थे आ गए, तो मेरे नाम मेरे पड़ोसी भी आए हुए हैं, एक्चुअली उन्होंने न्याणे भी, तो हूँ असी इतने 9 mm का असी दो बुलट फायर करा, एक तो 9 mm तो एक 44 मैगनम, तो देखेंगे भी उन्होंने डैमेज कि फर्क है। तुम मेरे पिछे देख रहे हो उत्थे मैं एक टैलीफोन डायरेक्टरी रखी हुई है, तो वह पहला 9 mm का बुलट फायर करा, मेरे को जी हैंड गन है आह, तो मेरी 9 mm ये उपर मैं एक अलग वीडियो बनाया इस बंदूक के उत्ते, तो ये मैगनम पई हुई है, तो इन चार्ज कर लिया राउंड बुलट आ गया, तो उन्होंने फायर करके फिर देखा कि नुकसान होगा। नाइन मिलीमीटर से असी फायर कर ले हैं, तो हूँ असी अगली बुलट जी अपनी 44 मैगनम है इनू फायर करा, उस तो पहला उत्थे दी डायरेक्टरी बदल देंगे। सिंह आ गया, आ गई 44 मैगनम की वारी, तो जिदा मैं थोड़ा समझाया सी बड़ा ईजी है, इनू खोल लेना आप राउंड, ये मैं राउंड पहले ही लोड किए हुए ने, भर दते इनू बंद कर लिया, तो हूँ तो बस आप ट्रिगर पुल करना, तो सामने इतने असी रखी हुई है अपनी टेलीफोन डायरेक्टरी, देखते उत्ते कि नुकसान होंगे। I have to stop because I got a recoil back on my arm. It is so powerful. This bullet is like really, really powerful bullet. I saw some bullets over there. You saw some bullets over there? I think once we go there, we'll probably see. ये सिंगल सिर्फ तीन ही चलाइया ने, क्योंकि क्योंकि पावरफुल बहुत है, बाकी 9 mm तो असं मेरे ख्याल 10-12 शूट की उपर, तो बट वह जो एक्चुअली री रीबाउंड बुलट का ऑलमोस्ट मैं आगे बज रहे 30 yards से, तो तीन नहीं चार सॉरी हाँ चार बहुत ने साड़ी परीक्षा करने वास्ते। Should we now go and get the directory? जो सिंह थानू भी नाल ला जाने डायरेक्टरी पिक करने वास्ते। दूजी लैके आने हूँ। This time you want to come and see the directory? How much damage we did? Oh.
This doesn't look good. This is the first hole, the second hole, and the third hole, right? One, two, three. How many I fired? Did I fire just three? Yeah, I think so. I think so. But then some bullets. I think the bullets will be logged inside, I think. We'll see. We'll see. Let's compare. I was gonna see damage another compare kar de. Mere naal aaj video hai gi hai. Astria, Astria say hi. Hi. And Asma. Eh mere padosi ne ਇਹਨਾਂ ਦੇ ਬੱਚੇ ਨੇ ਤੇ ਤੁਸੀਂ ਦੇਖ ਹੀ ਰਹੇ ਹੋ ਇਹ 44 ਮੈਗਨਮ ਦਾ ਕਿੰਨਾ ਕੁ ਨੁਕਸਾਨ ਹੈ ਤੇ ਓਕੇ ਸਿੰਘੋ ਆ ਹੁਣ ਜਿਹੜੀ ਸੱਜੇ ਪਾਸੇ ਪਈ ਹੈ ਇਹ 9 ਮਿਲੀਮੀਟਰ ਦੀ ਸ਼ੂਟਿੰਗ ਹੋਈ ਹੈ ਇਹਦੇ 'ਚ ਤੇ ਆ ਜਿਹੜੀ ਖੱਬੇ ਵਾਲੀ ਇਹਦੇ 'ਚ 44 ਮੈਗਨਮ ਤੇ ਪਹਿਲਾਂ 9 ਮੀਟਰ ਇਹਨੂੰ ਚੈੱਕ ਕਰਦੇ ਹਾਂ ਕੀ ਹੋਇਆ ਕਿੰਨੇ ਬੁਲਟ ਵੱਜੇ ਨੇ ਇਹਦੇ 'ਚ ਆ ਇਹਦਾ ਫਰੰਟ ਦਾ ਹੋਲ ਹੈ 1 2 3 4 5 6 6 ਬੁਲਟਸ ਰਾਈਟ ਤੇ ਹੁਣ ਇਹਨੂੰ ਖੋਲ ਕੇ ਦੇ ਪਿੱਛੇ ਦੇਖੀਏ ਤਾਂ ਕਿੰਨਾ ਕੁ ਡੈਮੇਜ ਹੈ ਤੇ ਆਲਮੋਸਟ 1 2 3 4 5 ਆਲਮੋਸਟ 6 ਦੇ 6 ਬੁਲਟ 6ਵਾਂ ਵੀ ਹੈਗਾ 6 ਦੇ 6 ਬੁਲਟ ਪਿੱਛੇ ਤੱਕ ਡੈਮੇਜ ਕਰ ਗਏ ਨੇ ਟੈਲੀਫੋਨ ਡਾਇਰੈਕਟਰੀ ਠੀਕ ਠਾਕ ਮੋਟੀ ਸੀ ਤੇ ਉਹਨੂੰ ਆਲਮੋਸਟ ਪੂਰਾ ਤਾਂ ਨਹੀਂ ਪੈਨੀਟ੍ਰੇਟ ਕੀਤਾ ਪਿੱਛੇ ਜਾ ਕੇ ਪਰ ਪਿੱਛੇ ਤੱਕ ਉਹਦਾ ਅਸਰ ਜ਼ਰੂਰ ਆਇਆ ਤੇ ਹੁਣ ਆਪਾਂ ਖੋਲ ਕੇ ਦੇਖਦੇ ਹਾਂ ਬੁਲਟ ਕਿੱਥੇ ਇਹਦੇ ਆਸ ਕਰਦਾ ਸ਼ਾਇਦ ਬੁਲਟ ਇਹਦੇ ਵਿੱਚ ਹੀ ਕਿਤੇ ਫਸਿਆ ਹੋਵੇ ਸ਼ੁਰੂ ਤੋਂ ਕਰਦੇ ਹਾਂ ਓਕੇ ਇੱਥੇ ਤਾਂ ਨਹੀਂ ਹੈ ਬੁਲਟ ਪੇਜ ਨੰਬਰ 125 ਦੇ ਵੀ ਬੁਲਟ ਨਹੀਂ ਨਜ਼ਰ ਆ ਰਹੇ ਪੇਜ ਨੰਬਰ 225 ਤੱਕ ਆ ਗਏ ਹਾਂ 300 ਓਕੇ ਹੁਣ ਤਾਂ ਮੈਂ ਪਤਾ ਨਹੀਂ ਕਿੰਨੇ ਪੇਜਾਂ 'ਤੇ ਆ ਗਏ ਹਾਂ ਅੱਧੇ ਤੋਂ ਉੱਪਰ ਲੰਘੇ ਹਾਂ ਕਿਤੇ ਨਾ ਕਿਤੇ ਕੋਈ ਸ਼ਾਇਦ ਬੁਲਟ ਸਾਨੂੰ ਨਜ਼ਰ ਆ ਜਾਵੇ ਮੈਂ ਆਸ ਕਰਦਾ ਬੁਲਟ ਕਿਤੇ ਨਾ ਖੁੱਲਣਾ ਚਾਹੀਦਾ ਸਾਨੂੰ ਅਨਲੈਸ ਇਹ ਪੂਰੇ ਦਾ ਪੂਰੇ ਪਾਰ ਕਰ ਗਏ ਨੇ ਬੁਲਟ ਅਤੇ ਇਹੀ ਲੱਗਦਾ ਕਿ ਬੁਲਟ ਸਿੰਘੋ ਪੂਰੇ ਦੇ ਪੂਰੇ ਪਾਰ ਕਰਕੇ ਅੰਦਰ ਵੱਜੇ ਨੇ ਜਾ ਕੇ ਅਤੇ ਬੁਲਟ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਹੈਗਾ ਇਹ ਆਪਾਂ 9 ਮਿਲੀਮੀਟਰ ਦੀ ਗੱਲ ਕਰਦੇ ਹਾਂ ਅਤੇ ਆਓ ਦੇਖੀਏ ਹੁਣ 44 ਮੈਗਨਮ ਪਹਿਲਾਂ ਤਾਂ ਫਰੰਟ ਦਾ ਡੈਮੇਜ ਦੇਖਦੇ ਹਾਂ 44 ਮੈਗਨਮ ਦੇ ਜਿਹੜੇ ਆ ਹੋਲ ਨੇ ਤੁਸੀਂ ਦੇਖੋਗੇ ਬਹੁਤ ਵੱਡੇ ਨੇ ਕੰਪੇਅਰ ਟੂ 9 ਮਿਲੀਮੀਟਰ ਦੇ ਹੋਲਸ ਦੇ ਹੈ ਨਾ ਅਤੇ ਇਹਨਾਂ ਵਿੱਚ ਪਿੱਛੇ ਦਾ ਡੈਮੇਜ ਦੇਖਦੇ ਹਾਂ ਪਿੱਛੇ ਦੇ ਡੈਮੇਜ ਦਾ ਫਰਕ ਦੇਖਦੇ ਹਾਂ ਦੋਨਾਂ ਦਾ ਆ 44 ਮੈਗਨਮ ਦਾ ਡੈਮੇਜ ਸੀ ਸਿਰਫ 3 ਬੁਲਟਾਂ ਦਾ ਅਤੇ ਆਹ 9 ਮਿਲੀਮੀਟਰ ਦਾ ਡੈਮੇਜ ਹੈ ਆਲਮੋਸਟ 6 ਬੁਲਟਾਂ ਦਾ ਡਬਲ ਬੁਲਟ ਮਾਰੇ ਨੇ ਅਤੇ ਤੁਸੀਂ ਫਰਕ ਦੇਖ ਸਕਦੇ ਹੋ ਕਿੰਨਾ ਫਰਕ ਹੈ ਅਤੇ ਬੁਲਟ ਤਾਂ ਇਹਦੇ ਸਾਨੂੰ ਲੱਭਣਾ ਕੋਈ ਨਹੀਂ ਕਿਉਂਕਿ ਇਹਨੇ ਬੁਲਟ ਨੇ ਤਾਂ ਆਰ ਪਾਰ ਹੋ ਹੀ ਜਾਣਾ ਅਤੇ ਜਦਕਿ ਜਿਹੜੀ ਇਹ 44 ਮੈਗਨਮ ਜਿੱਥੇ ਮਾਰੀ ਸੀ ਅਤੇ ਇਹਦੇ ਵਿੱਚ ਗਿੱਲੀ ਵੀ ਸੀ ਤਾਂ ਇਹਦੇ 'ਚ ਗਿੱਲੇ ਹੋਣ ਕਰਕੇ ਰਜਿਸਟੈਂਸ ਜ਼ਿਆਦਾ ਬਣ ਜਾਣੀ ਚਾਹੀਦੀ ਹੈ ਕਿਤਾਬ ਵਿੱਚ ਅਤੇ ਤੁਸੀਂ ਦੇਖ ਰਹੇ ਤਾਂ ਥਰੂ ਐਂਡ ਥਰੂ ਪੂਰੀ ਟੈਲੀਫੋਨ ਡਾਇਰੈਕਟਰੀ ਹੀ ਪਾਰ ਕਰ ਗਏ ਨੇ ਬੁਲਟ ਕਿਤੇ ਬੁਲਟ ਦਾ ਨਾਮੋ ਨਿਸ਼ਾਨ ਨਜ਼ਰ ਨਹੀਂ ਆ ਰਿਹਾ ਦੈਟ ਮੀਨਸ ਬੁਲਟ ਥਰੂ ਐਂਡ ਥਰੂ ਨਿਕਲ ਗਿਆ ਅਤੇ ਸਾਨੂੰ ਬੁਲਟ ਮਿਲਿਆ ਨਹੀਂ ਮੇ ਵੀ ਅਸੀਂ ਦੇ ਦੋ ਕਿਤਾਬਾਂ ਅਗਲੀ ਵਾਰ ਜੋੜ ਕੇ ਮਾਰਦੇ ਹਾਂ ਅਤੇ ਸ਼ਾਇਦ ਅਸੀਂ ਬੁਲਟ ਨੂੰ ਕੈਚ ਕਰ ਦੋ ਲਾ ਕੇ ਮਾਰੀਆਂ 44 ਬੈਗਨ ਨੂੰ ਤਾਂ ਉਹ ਵੀ ਨਹੀਂ ਰੋਕ ਪਾਈਆਂ ਫਿਰ ਵੀ ਬਟ ਮੈਨੂੰ ਆਸ ਹੈ ਕਿ ਸ਼ਾਇਦ ਉਹਨੂੰ ਕੈਚ ਕਰ ਲਵੇ 9 ਮਿਲੀਮੀਟਰ ਨੂੰ ਬੁਲਟ ਨੂੰ ਸ਼ਾਇਦ ਇਹਨੇ ਕਿਤੇ ਫੜਿਆ ਹੋਵੇ ਉਹਨੂੰ I doubt if it even caught the 9 millimeter. ਅਤੇ ਸਿੰਘੋ 9 ਮਿਲੀਮੀਟਰ ਦਾ ਬੁਲਟ ਵੀ ਲੱਗਦਾ ਦੋ ਨੂੰ ਬੜਾ ਔਡ ਜੀ ਗੱਲ ਹੈ ਕਿ ਦੋ ਡੈਰੀਆਂ ਨੂੰ ਪਾਰ ਕਰ ਗਿਆ ਅਤੇ ਬੜੀ ਵੱਖਰੀ ਗੱਲ ਹੈ ਮੈਂ ਇਹ ਨਤੀਜਾ ਮੈਨੂੰ ਅੰਦਾਜ਼ਾ ਨਹੀਂ ਸੀ ਪਰ ਪ੍ਰਮਾਣ ਤਾਂ ਇਹੀ ਦਿਖਾ ਰਹੇ ਨੇ
लो जी देखो ये दिखाता थानू कि जिहड़ा बुलट है उहदी पेनीट्रेशन पावर किन्नी है। तो जे कल थोड़े तो कोई हमला करता तो सोचते हो कि किताब रख के असी बच जाएंगे, चांस घट ही लगता मैनू। सिर्फ ये तो हले आप सिर्फ हैंडगन के बुलट चलाए ने, तो 44 मैगनम का देखे ही नतीजा। हाँ सिंगो तो फिर अज तुसी देख ही लिया ये वीडियो की, मैं हुण समाप्ति करदा इत्थे। तो आस करदा तुहानूं ये 44 मैगनम बारे थोड़ी होर जानकारी मिली होगी, डर्टी हैरी मॉडल। तो जे तुसी कलैक्टर हो तो तुसी वधिया बंदूकां कलैक्ट करन दा तुहानूं शौक है, तो जे तुसी कैंपिंग वगैरह ते भी जांदे हो तो बहुत वधिया खरीद आ, मैं तो जरूर रिकमेंड करांगा। महंगी भी इन्नी नहीं हैगी, मेरे ख्याल $1,000 की आ जाती है। तो चलो आस करता थोड़ा वीडियो पसंद आया होगा, इसे नाल इजाजत लईए। वाहिगुरू जी का खालसा ते वाहिगुरू जी की फतेह। पंज कक्कियां दी ओट हेठां शिद्द तां उठे गुरु गोबिंद सिंह, जिथों दी ताड़ी मार के मिट्टी ने नक्शा कक्किया लोहे दी नंगी तार दा, बतियां दे खेमे पुट के अणखां दे चिल्ले चाड़ के, जद भी है आना वक्त ने हर सीस लेके बाप दा काले से आ।